ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਰਮਦਾਸ ਦੀਆਂ ਨਗਰਪਾਲਿਕਾ ਚੋਣਾਂ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਰਮਦਾਸ ਤੋਂ ਸਰਕਲ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਰੰਧਾਵਾ। ਫਤਿਹ ਅਸੀਂ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਰੰਧਾਵਾ ਸਾਹਿਬ, ਜਿਹੜੀਆਂ ਇਲੈਕਸ਼ਨ ਹੋਈਆਂ ਨੇ, ਜੋ ਲੋਕਾਂ ਨੇ ਅੱਜ ਇੱਥੇ ਅਕਾਲੀ ਦਲ ਬਾਦਲ ਨੂੰ 3 ਸੀਟਾਂ ਦੇ ਉੱਤੋਂ ਜਿਤਾਇਆ ਅਤੇ 8 ਸੀਟਾਂ ਜਿਹੜੀਆਂ ਆ ਉਹ ਕਾਂਗਰਸ ਜਿੱਤੀ ਆ, ਅਤੇ ਇਸੇ ਹੀ ਵਿਧਾਨ ਸਭਾ ਹਲਕੇ ਦੇ ਅੰਦਰ ਅੱਜ ਨਾਲਾ ਵੀ ਨਗਰ ਕੌਂਸਲ ਪੈਂਦੀ ਆ, ਉੱਥੇ 8-7 ਦੀ ਰੇਸ਼ੋ ਰਹੀ ਆ, ਇਹ ਤੋਂ ਤੁਸੀਂ ਕੀ ਸਮਝਦੇ ਹੋ? ਵੇਖੋ ਜੀ, ਜਿਹੜੀਆਂ ਨਗਰ ਕੌਂਸਲ ਚੋਣਾਂ ਰਮਦਾਸ ਦੇ ਵਿੱਚ ਹੋਈਆਂ, ਜਨਾਲੇ ਵਿੱਚ ਹੋਈਆਂ, ਪੂਰੇ ਪੰਜਾਬ 'ਚ ਹੀ ਹੋਈਆਂ ਜੀ ਜੀ, ਉੱਥੇ ਜਿਹੜੀ ਸਰਕਾਰ ਆ, ਮੌਜੂਦਾ ਸਰਕਾਰ ਆ, ਉਹਨਾਂ ਨੇ ਆਪਣੇ ਜਿਹੜਾ ਜੋ ਵੀ ਡਰਾ ਧਮਕਾ ਕੇ, ਜੋ ਜਿਹੜੇ ਵੀ ਸ਼ਕਤੀ ਦੇ ਨਾਲ, ਆਪਣੀ ਮਸ਼ੀਨਰੀ ਦੇ ਨਾਲ ਜੋ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ, ਜਿਹਦੇ ਕਰਕੇ ਅੱਜ ਵੀ ਜੀ ਜਿਹੜਾ ਮੈਂਡੇਟ ਜਿਹੜਾ ਲੋਕਾਂ ਨੇ ਦਿੱਤਾ ਆ, ਉਹਨਾਂ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਔਰ ਇਹ ਗੱਲ ਵੀ ਸਾਹਮਣੇ ਆਈ ਆ, ਜਿੰਨੀਆਂ ਵੀ ਇਲੈਕਸ਼ਨ ਹੋਈਆਂ ਨੇ ਸਾਰੇ ਪੰਜਾਬ ਦੇ ਵਿੱਚ, ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਸਭ ਤੋਂ ਵੱਡੀ ਪਾਰਟੀ, ਦੂਸਰੀ ਪਾਰਟੀ ਨਿਕਲ ਕੇ ਸਾਹਮਣੇ ਆਈ ਆ। ਔਰ ਦੂਜੀਆਂ ਜਿੰਨੀਆਂ ਵੀ ਛੋਟੀਆਂ ਮੋਟੀਆਂ ਪਾਰਟੀਆਂ ਨੇ, ਭਾਵੇਂ ਉਹ ਆਮ ਆਦਮੀ ਪਾਰਟੀ ਆ, ਭਾਵੇਂ ਉਹ ਹੋਰ ਜਿੰਨੀਆਂ ਵੀ ਪਾਰਟੀਆਂ ਨੇ, ਉਹਨਾਂ ਨੂੰ ਉਹ ਤੀਜੇ ਚੌਥੇ ਪੰਜਵੇਂ ਨੰਬਰ 'ਤੇ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਦੀ ਸਭ ਤੋਂ ਵੱਡੀ ਪਾਰਟੀ ਨਿਕਲ ਕੇ ਹੁਣ ਸਾਹਮਣੇ ਆਈ ਆ, ਕਿਉਂਕਿ ਹੁਣ 6 ਮਹੀਨਿਆਂ ਬਾਅਦ ਵੇਖਿਓ, ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ, ਉਹਦੇ ਵਿੱਚ ਇਹ ਜਿਹੜੀਆਂ ਦੂਜੇ ਨੰਬਰ ਦੀ ਪਾਰਟੀ ਹੈ ਇਹ ਸਭ ਤੋਂ ਪਹਿਲੇ ਨੰਬਰ 'ਤੇ ਨਿਕਲ ਕੇ ਸਾਹਮਣੇ ਆਏਗੀ। ਇਹ ਰਿਜ਼ਲਟ ਤੁਸੀਂ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਉਣ ਸਾਹਿਬ। ਜਿਹੜੀ ਹਾਰ ਆ ਉਹਨੂੰ ਆਪਾਂ ਹਾਰ 'ਤੇ ਮੰਨਦੇ ਹਾਂ, ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਜਿਹੜੀ ਅੱਜ ਇੱਥੇ ਵੇਖੋ 3 ਇਲੈਕਸ਼ਨ ਆ, 3 ਸੀਟਾਂ ਜਿੱਤਣੀਆਂ, ਅਤੇ ਇਹ ਵੀ ਬੜੀ ਵੱਡੀ ਗੱਲ ਆ ਕਿ ਜਦੋਂ ਬੜਾ ਵੱਡੀ ਇੱਥੋਂ ਦਾ ਘਮਸਾਨ ਦਾ ਯੁੱਧ ਹੋਇਆ ਆ, ਇੱਥੇ 65 ਸਾਲਾਂ ਦੇ ਉੱਤੋਂ ਜਿਨ੍ਹਾਂ ਦਾ ਕਬਜ਼ਾ ਰਿਹਾ ਆ ਉਹਨਾਂ ਦੇ ਕੋਲੋਂ ਕਬਜ਼ਾ ਛੁੱਟਿਆ ਵੀ ਆ, ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਇਹ ਅੱਜ ਜਿਹੜੀਆਂ ਘੱਟ ਸੀਟਾਂ ਅਕਾਲੀ ਦਲ ਦੀਆਂ ਆਉਣੀਆਂ ਉਹ ਕੋਈ ਰਾਜਨੀਤਿਕ ਤੌਰ ਉੱਤੇ ਨੁਕਸਾਨ ਪਹੁੰਚਾਏਗੀ? ਨਹੀਂ ਜੀ, ਕੋਈ ਰਾਜਨੀਤਿਕ ਤੌਰ 'ਤੇ ਸਾਨੂੰ ਕੋਈ ਨੁਕਸਾਨ ਨਹੀਂ, ਅਸੀਂ ਪੂਰੇ ਤਰ੍ਹਾਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਜਿਹੜਾ ਵਾ ਉਹ ਅਸੀਂ ਫਿਰ ਲੋਕਾਂ 'ਚ ਜਾਵਾਂਗੇ। ਔਰ ਜਿਹੜਾ ਡਿਵੈਲਪਮੈਂਟ ਦੀ ਗੱਲ ਆ, ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 10 ਸਾਲਾਂ ਦੇ ਵਿੱਚ ਡਟ ਕੇ ਡਿਵੈਲਪਮੈਂਟ ਕੀਤੀ ਆ ਰਮਦਾਸ ਦੀ, ਜਿਹੜੀਆਂ ਡਿਵੈਲਪਮੈਂਟ ਦੇ ਬੇਸ ਦੇ ਉੱਤੇ ਅਸੀਂ ਲੋਕਾਂ ਦੇ ਵਿੱਚ ਗਏ ਹਾਂ, ਜੋ ਉਹਨਾਂ ਨੇ ਆਵਾਮ ਨੇ ਜੋ ਫੈਸਲਾ ਕੀਤਾ ਉਹਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਔਰ ਬਾਕੀ ਜਿਹੜੀਆਂ ਰਮਦਾਸ ਦੇ ਵਿੱਚ 3 ਸੀਟਾਂ ਆਈਆਂ ਨੇ ਜੀ, ਔਰ ਅਜਨਾਲੇ ਦੇ ਵਿੱਚ ਸਾਡੀਆਂ 8 ਸੀਟਾਂ ਆਈਆਂ ਨੇ 15 ਦੇ ਵਿੱਚੋਂ, ਉੱਥੇ ਸਾਡੀ ਕਮੇਟੀ ਜਿਹੜੀ ਉਹ ਬਣੀ ਆ ਜੀ ਜੀ। ਇੱਥੇ ਵੀ ਜਿਹੜੀਆਂ ਸਾਨੂੰ ਘੱਟ ਮੈਂਡੇਟ ਮਿਲਿਆ, ਉਹਦੇ ਬਾਵਜੂਦ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਲੈ ਕੇ ਲੋਕਾਂ 'ਚ ਜਾਵਾਂਗੇ, ਕਿਉਂਕਿ ਇਹਨਾਂ ਨੇ ਡਰਾ ਧਮਕਾ ਕੇ ਜੋ ਵੀ ਸਰਕਾਰ ਨੇ ਆਪਣੀ ਸ਼ਕਤੀ ਜਿਹੜੀ ਵਿਖਾਈ ਆ ਉਹਦੇ ਵਿੱਚ ਲੋਕ ਜਿਹੜੇ ਉਹ ਭੋਲੇ ਭਾਲੇ ਨੇ, ਉਹ ਡਰ ਕੇ ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਦੇ ਵਿੱਚੋਂ ਕੀ ਲੈਣਾ, ਜਿੱਥੇ ਸਾਡੇ ਵਰਕਰ ਜਿਹੜੇ ਡਟ ਕੇ ਖਲੋਤੇ ਆ। ਅਤੇ ਉੱਥੇ ਵੇਖੋ ਜੀ, ਆਪਣਾ ਰਮਦਾਸ ਦੇ ਵਿੱਚ ਮਿਨਿਸਟਰਾਂ ਤੱਕ ਇੱਥੇ ਆਉਣ ਦੀ ਲੋੜ ਪੈ ਗਈ। ਕਿਹੜੇ ਮਿਨਿਸਟਰਾਂ ਦੇ ਵੱਲੋਂ? ਆਪਣਾ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ ਮੇਰੀ ਇੱਥੇ 4 ਨੰਬਰ ਵਾਰਡ ਦੇ ਵਿੱਚ ਸਪੈਸ਼ਲੀ ਆਏ ਕਿ ਇਸ ਕੈਂਡੀਡੇਟ ਨੂੰ ਅਸੀਂ ਜਿਤਾਉਣਾ। ਉਹਦੇ ਵਿੱਚ ਜਿਹੜਾ ਅਫਸਰਾਂ ਦੇ ਉੱਤੇ ਅਸਰ ਹੁੰਦਾ ਹੀ ਹੈ ਜੀ ਉਹਦੇ 'ਤੇ। ਹਾਂਜੀ ਠੀਕ ਹੈ ਜੀ। ਇਹ ਸਨ ਜੀ ਸਰਦਾਰ ਇੰਦਰਜੀਤ ਸਿੰਘ ਜੀ ਰੰਧਾਵਾ, ਜਿਨ੍ਹਾਂ ਨੇ ਇਹ ਗੱਲ ਕੀਤੀ ਆ ਕਿ ਜੋ ਵੀ ਸਾਨੂੰ ਵੋਟਰਾਂ ਨੇ ਫਤਵਾ ਦਿੱਤਾ ਆ ਉਹ ਅਸੀਂ ਸਿਰੇ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ, ਅਤੇ ਲੋਕਾਂ ਦੇ ਵਿੱਚ ਅਕਾਲੀ ਦਲ ਦੀਆਂ ਨੀਤੀਆਂ ਨੂੰ ਲੈ ਕੇ ਅੱਗੇ ਜਾਵਾਂਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਨੰਬਰ 1 ਦੀ ਪਾਰਟੀ ਪੰਜਾਬ ਦੇ ਵਿੱਚ ਬਣਾਵਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਫਤਿਹ 'ਚ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।